ਮਨਪ੍ਰੀਤ ਆ। ਮੈਂ ਹੁਣੇ ਹੁਣੇ ਭਗਤ ਸਿੰਘ ਦੀ ਮਾਂ ਦਾ ਰੋਲ ਕਰਕੇ ਆਈ ਹਾਂ ਅਤੇ ਰੋਲ ਕਰਕੇ ਜਦੋਂ ਵੀ ਮੈਂ ਹਮੇਸ਼ਾ ਰੋਲ ਕਰਦੀ ਹਾਂ ਇਹ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ ਅਤੇ ਮੈਂ ਇਹ ਸੋਚਦੀ ਹੁੰਦੀ ਹਾਂ ਵੀ ਉਹ ਮਾਂ ਨੇ ਕੀ ਫੀਲ ਕੀਤਾ ਹੋਊਗਾ ਵੀ ਜਦੋਂ ਮਾਂ ਨੇ ਉਹ ਦਰਦ ਅਸਲ 'ਚ ਮਹਿਸੂਸ ਕੀਤਾ। ਮੈਂ ਮਤਲਬ ਸਟੇਜ 'ਤੇ ਪਰਫੋਰਮ ਕਰਕੇ ਮੇਰੀਆਂ ਅੱਖਾਂ ਭਰ ਆਉਂਦੀਆਂ ਅਤੇ ਉਹ ਮਾਂ ਦਾ ਕੀ ਦਰਦ ਹੋਊਗਾ ਜਦੋਂ ਵੀ ਉਹ ਸਟੇਜ 'ਤੇ ਉਹਨੇ ਆਪਣਾ ਪੁੱਤ ਵਾਰਿਆ, 23 ਸਾਲ ਦਾ ਪੁੱਤ ਸੀ ਅਤੇ ਉਹਨੇ ਕੀ ਫੀਲ ਕੀਤਾ ਹੋਣਾ, ਮਤਲਬ ਬਹੁਤ ਔਖਾ ਹੋਣਾ ਉਹ ਮਾਂ ਲਈ। ਅਤੇ ਬਸ ਭਗਤ ਸਿੰਘ ਦੀ ਸੋਚ ਨੂੰ ਹੀ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ, ਇਸ ਲਈ ਅਸੀਂ ਨਾਟਕ ਕਰਦੇ ਹਾਂ। ਮੈਂ ਨਾਟਕ ਬਚਪਨ ਤੋਂ ਹੀ ਕਰਦੀ ਪਈ ਹਾਂ ਕਿਉਂਕਿ ਮੇਰੇ ਮਾਂ ਪੇਰੈਂਟਸ ਵੀ ਇਸੇ ਸੋਚ ਨਾਲ ਹੀ ਰਿਲੇਟਡ ਸੀ, ਉਹਨਾਂ ਦੀ ਇਨਕਲਾਬੀ ਸੋਚ ਸੀ। ਅਤੇ ਮੈਨੂੰ ਮੇਰਾ ਜਨਮ ਸਥਾਨ ਮੋਗਾ ਵਾ ਅਤੇ ਮੈਨੂੰ 12-13 ਸਾਲ ਹੋ ਗਿਆ ਕੰਮ ਕਰਦੀ ਨੂੰ ਨਾਟਕ ਨਹੀਂ। ਅੱਜ ਤੁਸੀਂ ਉਸ ਪਗੜੀ ਨੂੰ ਵੇਖੀ ਤਾਲੀ ਰਾਲੀ ਰਾ।